1847 ਬਸ ਅਸੀਂ ਉਸ ਦੀ ਬਿਨਾ ਤੇ ਲਾਈ ਕੇ ਦੀ ਉਸ ਜ਼ਿਆਦਾ ਅਸੀਂ ਗਏ ਸੀ ਜਿਹੜੇ ਇਲਾਕੇ ਚ ਅਸੀਂ ਆਂਦੀ ਆਈ ਤਕਰੀਬਨ ਉੱਥੇ ਕਿੱਲੇ ਵੀ ਵੱਡੇ ਆ ਨਾ ਤੇ ਉਹਨਾਂ ਸਨ ਕਿੱਲੇ ਦੀ ਉਸ ਦੱਸੀ ਆਈ ਤਕਰੀਬਨ 100 ਮਣ ਤੱਕ ਤੇ ਸਾਡੇ ਕੋਲ ਇੱਕ ਏਕੜ ਬਣਦਾ 8 ਕਨਾਲ ਦਾ ਤੇ 8 ਕਨਾਲ ਚ ਲਾਈ ਆਈ 5 ਕਿਲੋ ਸੀਡਸ ਲੈ ਕੇ ਤੇ ਸਾਡੀ ਇਹਨਾਂ ਵਿੱਚ ਪਨੀਰੀ ਦਾ ਬੈਸਟ ਤਰੀਕੇ ਆ ਕਿ ਜੂਨ ਦੇ ਦਰਮਿਆਨ ਵਿੱਚ ਇਸ ਨੂੰ ਪਨੀਰੀ ਗੜ ਦਿਓ ਤੇ ਬਾਕੀ ਜੁਲਾਈ ਦੇ ਜਿਹੜਾ ਦਰਮਿਆਨ ਵਿੱਚ ਹੈ 25 ਤੋਂ 30 ਦਿਨ ਦੇ ਦਰਮਿਆਨ ਦੀ ਪਨੀਰੀ ਦੂਸਰੀ ਜਗ੍ਹਾ ਵਿੱਚ ਮੁੰਤਕਿਲ ਕਰਨੀ ਹੈ। ਟੋਟਲ ਸਾਡੀ ਤਕਰੀਬਨ ਤਿਆਰ ਹੋ ਗਈ ਹੈ 90 ਦਿਨ ਵਿੱਚ। ਜਿਸਨੇ ਸਾਨੂੰ ਦੱਸਿਆ ਉਹਨਾਂ ਕਿ 100 ਦਿਨ ਦੀ ਹੈ, ਲੇਕਿਨ ਸਾਡੇ ਇਲਾਕੇ ਥੋੜੀ ਜਗ੍ਹਾ ਦਾ ਫਰਕ ਹੁੰਦਾ, ਇਸ ਵਜ੍ਹਾ ਤੋਂ ਸਾਡੀ 90 ਦਿਨ ਫਿਕਸ 90 ਦਿਨ ਤਿਆਰ ਹੋਈ ਹਾਰਵੈਸਟਿੰਗ ਹੋਈ ਜੀ। 1509 ਦੀ ਇੱਕ ਸਮਾਂ, 1509 ਤੋਂ ਬਾਅਦ 1692 ਆਈ ਹੈ, ਫਿਰ ਉਹਨਾਂ ਦਾ ਕ੍ਰਾਸ ਮੈਚ ਕਰਕੇ ਤੇ 1847 ਬਣੀ ਜੀ। ਮਾਰੀ ਅਸੀਂ ਤਿਸ ਤੇ ਕੋਈ ਵੀ ਨਹੀਂ ਵੇਖੀ, ਕੋਈ ਬਿਮਾਰੀ ਵਾਲਾ ਸਪਰੇਅ ਨਹੀਂ ਕੀਤਾ। ਵੀ ਤੁਸੀਂ ਵੇਖ ਰਹੇ ਹੋ ਤੁਹਾਡੇ ਸਾਹਮਣੇ ਸਿਹਤਮੰਦ ਅੱਛਾ ਬੀਜ ਹੈ ਤੇ ਸਿਰਫ ਇੱਕ ਜਿਸ ਟਾਈਮ ਨਿਸਰਣ ਤੇ ਆਈ ਹੈ ਉਸ ਟਾਈਮ ਇੱਕ ਨਿਸਰਣ ਸਪਰੇਅ ਕੀਤਾ ਸੀ, ਬਾਕੀ ਬਿਮਾਰੀ ਵਾਲਾ ਕੋਈ ਸਪਰੇਅ ਨਹੀਂ। ਖਾਦਾਂ ਅਸੀਂ ਯੂਜ਼ ਕੀਤੀਆਂ ਨੇ, ਗੱਟੂ DAP ਪਹਿਲਾਂ ਦਿੱਤਾ ਜਿਸ ਟਾਈਮ ਲਾਈ ਤੇ ਹਫ਼ਤੇ ਬਾਅਦ ਉਸ ਤੋਂ ਬਾਅਦ 2 ਗੱਟੂ ਇਸ DAP ਸੋਰੀ ਸੋਨਾ ਯੂਰੀਆ ਪਾਇਆ ਤੇ ਜ਼ਿੰਕ ਵਗੈਰਾ ਜੀ। ਖੁਰਾਕ ਦੀ ਸਾਰੀ ਪੂਰੀ ਕਰ ਦਿੰਦੇ ਹਾਂ, ਸਿਰਫ ਇੱਕ ਸਪਰੇਅ ਜਿਹੜਾ ਨਿਸਰਣ ਵਾਲਾ ਉਹ ਜਿਸ ਟਾਈਮ ਨਿਸਰਣ ਲੱਗੇ ਉਸ ਟਾਈਮ ਕਰਨਾ। ਤਨੇ ਦੇ ਟੇਲਰ ਬਣਦੇ ਨੇ ਤਕਰੀਬਨ 70 ਬਾਵੇ, ਸਾਡੇ ਕੋਲ ਬਣ ਗਿਆ 75 76 ਉਸ ਤੇ ਆਈ ਤਕਰੀਬਨ 70 ਤੋਂ ਸਾਰੇ ਬਾਵੇ ਆ। ਤੱਕ ਫਸਲ ਬਿਲਕੁਲ ਖਲੋਤੀ ਰਹੀ, ਕੋਈ ਇੱਕ ਤਨਾ ਵੀ ਦਗਿਆ ਕੋਈ ਨਹੀਂ ਹੈ, ਬਿਲਕੁਲ ਖਲੋਤੀ ਰਹੀ ਫਸਲ। ਜ਼ਵਾ ਵਗੈਰਾ ਨੂੰ ਬਰਦਾਸ਼ਤ ਕਰਦੀ, ਡਿੱਗਦੀ ਕੋਈ ਨਹੀਂ, ਤਨਾ ਮਜ਼ਬੂਤ ਹੈ ਇਸ ਵਜ੍ਹਾ। ਇਹ ਮੁੰਜਰਾਲ ਸਾਰਾ ਭਰੇ ਹੋਇਆ, ਦੂਸਰੀ ਮੁੰਜੀ ਨਾਲੋਂ ਤਕਰੀਬਨ ਜਿਹੜੀ 1509 ਹੈ ਉਸ ਨਾਲੋਂ 3 ਹਿੱਸੇ 3 ਗੁਣਾ ਜ਼ਿਆਦਾ ਇਹਦੀ ਮੁੰਜਰਾਲ ਹੈ ਜੀ। ਹੱਥ ਨਾਲ ਕਟਾਈ ਹੋਈ ਸਾਡੇ ਵੀ, ਹੱਥ ਨਾਲ ਕਟਾਈ ਇਸ ਵਜ੍ਹਾ ਤੋਂ ਕਰਾਈ ਕਿ ਹਾਰਵੈਸਟਿੰਗ ਵੀ ਹੋ ਜਾਂਦੀ, ਉਹਦਾ ਕੋਈ ਮਸਲਾ ਨਹੀਂ, ਲੇਕਿਨ ਹੱਥ ਨਾਲ ਕਟਾਈ ਇਸ ਵਜ੍ਹਾ ਤੋਂ ਕਰਾਈ ਕਿ ਉਹਦੀ ਜਿਹੜੀ ਹੈ ਜੰਮਣੀ ਸੌਖੀ ਆ ਤੇ ਅਸੀਂ ਬੀਜ ਤੇ ਸੇਲ ਕਰਨੀ ਆ। ਇਸ ਵਜ੍ਹਾ ਤੋਂ ਬੀਜ ਜਿਹੜਾ ਹੱਥ ਨਾਲ ਚੋਂਦਾ, 4-5 ਧੁੱਪ ਲਵਾ ਕੇ ਪੱਖ ਲਵਾ ਕੇ ਸਾਫ਼ ਕਰਕੇ ਪੈਕਿੰਗ ਕੀਤੀ ਹੋਈ। ਫਿਊਚਰ ਇਦਾਂ ਹਾਂ, ਜ਼ਹਿਰੀ ਗੱਲ ਅੱਛੀ ਆ ਕਿਉਂਕਿ 1509-1692 ਦੀ ਕਿਸਮ ਹੈ, ਬਾਸਮਤੀ ਦੀ ਕਿਸਮ ਹੈ, ਕੋਈ ਫਲਾਪ ਹੋਣ ਵਾਲੀ ਚੀਜ਼ ਹੈ ਕੋਈ ਨਹੀਂ, ਅੱਛਾ ਫਿਊਚਰ ਹੈ ਇਹਦਾ ਬ੍ਰਾਈਟ। ਅੱਜ ਤੱਕ ਕੋਈ ਮੁੰਜੀ ਐਸੀ ਨਹੀਂ ਆਈ ਜਿਹਦੀ ਉਸ ਇਤਨੀ ਹੋ ਜਾਏ, ਸਭ ਤੋਂ ਜ਼ਿਆਦਾ ਉਸ ਵਾਲੀ ਇਹੀ ਮੁੰਜੀ ਹੈ ਤੁਹਾਡੇ ਸਾਹਮਣੇ।